Let's Auntie, do it. Auntie, because you are our powerful advocate, ally for the queer and trans community now, you're our person. What would you like to say to Punjabi community who do have queer and trans children? If you could talk to parents, let's say they're in this room, they have gay, trans, lesbian, all of the umbrella, the LGBT community, what would you like to say to those parents? ਜਿਹੜੇ ਗੇ ਟਰਾਂਸ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੇ ਦੇਖੋ ਇਸ ਕਮਰੇ ਦੇ ਵਿੱਚ ਉਹ ਸਾਰੇ ਮਾਪੇ ਤੁਹਾਡੇ ਨਾਲ ਅੱਜ ਸ਼ਾਮਿਲ ਨੇ, ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ? ਇਹ ਜ਼ਰੂਰ ਜਾਣਨਾ ਚਾਹਾਂਗੇ। ਮੈਂ ਤਾਂ ਇਹੀ ਕਹੂੰਗੀ ਵੀ ਦੇਖੋ, ਬੱਚੇ ਨੇ ਜਿਹੜੇ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਨੂੰ ਕੁਛ ਵੀ ਬਣਾਉਂਦੇ। ਕਿਆ ਕੁਦਰਤ ਨੇ ਉਹਨਾਂ ਨੂੰ ਕਿਹੋ ਜਿਹੇ ਅੰਗ ਪੈਰ ਦਿੱਤੇ ਨੇ, ਕਿਹੋ ਜਿਹੀ ਉਹਨਾਂ ਦੀ ਸੋਚ ਦਿੱਤੀ ਆ, ਕਿਹੋ ਜਿਹਾ ਵੀ ਉਹ ਹੈ ਕੁਦਰਤ ਵੱਲੋਂ ਆ, ਅਤੇ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਜਿਵੇਂ ਦਾ ਵੀ ਬੱਚਾ, ਬੱਚਾ ਤੁਹਾਡਾ ਜਾਣਦੀ ਇਹ ਨਹੀਂ ਹੈਗਾ, ਅਤੇ ਉਹਨਾਂ ਨੂੰ ਬੱਚਿਆਂ ਨੂੰ ਰੱਖਣਾ ਵੀ ਬਰਾਬਰ ਚਾਹੀਦਾ, ਚਾਹੇ ਇਹ ਵੀ ਆ